ਮੰਡੀ ਛੜੇ ਆਂਦੀ ਲੱਗੀ ਲੁਧਿਆਣੇ ਨੀ ਇੱਕ ਪੰਜੀ ਦੋ ਦੋ ਵਿਕਦੇ ਨਾ ਪੰਜੀ ਲਾਉਣ ਦੀ ਕੀ ਲੋੜ ਹੈ, ਹੈ ਨਾਲੇ ਲੁਧਿਆਣੇ ਜਾਊਂਗੀਆਂ, ਉੱਥੇ ਕਿਰਾਇਆ ਖਰਚੋਂਗੀਆਂ, ਇੱਧਰ ਆਓ ਮਿੱਤਰਾਂ ਕੋਲੇ, ਇੱਕ ਨਾਲ ਦੋ ਫ੍ਰੀ ਨੇ ਦੋ। ਚੱਲ ਵੇ ਭੁੰਨਣਾ ਲੰਡਰਨਾ ਹੋਵੇ ਤਾਂ। ਬਿਨਾ ਤੀਵੀ ਦੇ ਬੰਦੇ ਦੀ ਪੁੱਛ ਕੋਈ ਨਾ, ਨੇੜੇ ਹੋ ਕੇ ਸੁਣ ਲਈ ਮੇਰੀ ਅਰਜ ਰੱਬਾ, ਭੱਜੀ ਫਿਰੇ ਕਰ ਪਾਰੰਗਲਾ ਚੂੜਾ, ਕਦੇ ਅਸੀਂ ਵੀ ਖਵਾਈਏ ਬਰਫੀ ਦਾ ਡੱਬਾ। ਘੜੀ ਇਸ ਕੀ ਮਾਂ ਤੈਨੂੰ ਪਾਉਣ ਦੇ ਲਈ।
ਲਈਆਂ ਲੰਡਰਾਂ ਦੇ, ਇਹ ਤਾਂ ਬਾਲੇ ਹੀ ਲੁੱਚੇ ਨੇ, ਜਮਾਂ ਜਮਾਂ ਸ਼ਰਮ ਘੋਲ ਕੇ ਖਾ ਲਈ ਲੰਡਰਾਂ ਨੇ। ਗੱਲਾਂ ਬਣ ਜਾਣਗੀਆਂ, ਆਜਾ ਆਜਾ। ਸਾਡੇ ਕਰਮਾਂ ਚ ਲਿਖੀ ਕਿਉਂ ਨਾ ਰੰਨ ਓਏ ਰੱਬਾ, ਕਦੇ ਸਾਡੀ ਵੀ ਕਰਾ ਦੇ ਤਨ ਤਨ ਓਏ ਰੱਬਾ। ਸਾਡੇ ਕਰਮਾਂ ਚ ਲਿਖੀ ਕਿਉਂ ਨਾ ਰੰਨ ਓਏ ਰੱਬਾ। ਓਏ ਕੀ ਗੱਲ ਹੋ ਗਈ, ਅੱਜ ਹੋਈ ਨੀ ਬਹੁਣੀ, ਕਿਵੇਂ ਪੁਰਾਣੀ ਟਿਊਬ ਵਰਗਾ ਮੂੰਹ ਬਣਾ ਰੱਖਿਆ। ਉਹ ਕਦੇ ਸਾਡੇ ਵੀ ਲਾ ਦੇ ਪੈਂਚਰ, ਬਥੇਰੇ ਰਿਸ਼ਤੇ ਕਰਾਉਣਾ ਚਾਚੇ ਸਿਆ, ਨਾ ਸਾਡੇ ਵਰਗੀ ਕੁੜੀਆਂ ਦਾ ਕਾਲ ਪੈ ਗਿਆ। ਓਏ ਲੱਭਦੇ ਕੋਈ ਤੋਕੜ ਜੀ ਚਾਚਾ, ਇੱਕ ਵਾਰੀ ਰੋਟੀ ਪਕਦੀ ਕਰਦੇ ਗੁਣ ਨਹੀਂ ਭੁਲਾਉਂਦੇ ਤੇਰਾ, ਮਾਰ ਮਾਰ ਚੁੱਲ੍ਹੇ 'ਚ ਫੂਕਾਂ, ਧੂਏ ਨੇ ਮੇਰੀ ਅੱਖ ਦੀ ਬੈਟਰੀ ਡਾਊਨ ਕਰਤੀ ਧਰਮ ਨਾਲ। ਦੇਖ ਬਈ ਚਾਚਾ ਸਿਆ, ਰੰਗ ਰੁੰਗ ਦੀ ਸਾਨੂੰ ਕੋਈ ਪਰਵਾਹ ਨਹੀਂ, ਰੰਗ ਦਾ ਤੈਨੂੰ ਪਤਾ ਦੋ ਤਿੰਨ ਹੀ ਹੁੰਦੇ ਨੇ, ਤੇ ਜਾਤ ਪਾਤ ਨੂੰ ਐਸੀ ਭਰਾਵਾ ਮੰਨਦੇ ਨੀ ਚਾਚਾ ਸਿਆ, ਇੱਜ਼ਤ ਉੱਜਤ ਚਾਹੇ ਨਾ ਹੀ ਹੋਵੇ ਕੋਈ ਚੱਕਰ ਹੈ ਨਹੀਂ। ਓਏ ਮੇਰਾ ਪੈਂਚਰ ਵਾਲੀ ਦੁਕਾਨ ਦਾ ਔਖਾ ਹੋ ਜੂਗਾ, ਚੱਲ ਤੁਹਾਡੇ ਕਰਕੇ ਰਿਸਕ ਲੈ ਲੈਂਦੇ ਆ। ਉਹ ਹੈਪੀ ਦੀ ਬੇਬੇ ਕਹਿੰਦੀ ਸੀ ਵੀ ਸਾਡੀ ਰਿਸ਼ਤੇਦਾਰ 'ਚ ਕੁਆਰੀ ਕੁੜੀ ਹੈ, ਉਹ ਪਰ ਕਿਸੇ ਮੁੰਡੇ ਨਾਲ ਭੱਜ ਗਈ ਸੀ, ਉਹ 6 ਮਹੀਨਿਆਂ ਬਾਅਦ ਫੜੇ ਗਏ ਸੀ। ਕੁੜੀ ਆਪਦੇ ਘਰੇ ਹੈ, ਮੁੰਡਾ ਆਪਦੇ ਘਰੇ ਹੈ, ਹੁਣ ਤਾਂ ਘਰੋਂ ਪੈਰ ਬਾਹਰ ਨਹੀਂ ਰੱਖਦੀ ਕੁੜੀ, ਸਾਊ ਬਹੁਤ ਹੈ। ਉਹ ਚਾਚਾ ਆਪਣੇ ਚੁੱਲ੍ਹੇ ਤੇ ਨਹੀਂ ਮਾੜੀ ਹੋਣੀ ਚਾਹੀਦੀ ਬਸ। ਉਹ ਨਹੀਂ, ਚੰਗੇ ਘਰਾਣੇ ਦੀ ਕੁੜੀ ਹੈ, ਮੂੰਹ 'ਚ ਬੋਲ ਨੀ, ਤੇਰੀ ਤਾਂ ਇੱਧਰਲੀ ਅੱਖ 'ਚ ਪਈ ਨੀ ਰੱਖਣੀ। ਚੱਲ ਚਾਚੇ ਸਿਆ, ਇਹਦਾ ਤਾਂ ਪੱਕਾ ਸਮਝੀਏ ਫਿਰ ਹੁਣ। ਚਾਚਾ ਸਿਆ, ਇਹ ਤੋਂ ਬਾਅਦ ਮੇਰਾ ਨੰਬਰ ਤਾਂ ਪੱਕਾ। ਹਾਂ ਸੱਚ ਚਾਚਾ ਸਿਆ, ਮੇਰੀ ਚਾਚੀ ਦੀ ਰਿਸ਼ਤੇਦਾਰੀ 'ਚੋਂ ਫੇਰ ਕਦੋਂ ਭੱਜੂ ਕੁੜੀ, ਉਹਨੂੰ ਕਹਿ ਚਾਚਾ ਸਿਆ ਛੇਤੀ ਭੱਜੇ, ਮੇਰਾ ਵੀ ਲੱਗੇ ਪੈਂਚਰ। ਉਹ ਲੈ ਮੈਂ ਤਾਂ ਅੱਜੇ ਭੇਜ ਦਿੰਦਾ ਢਿੱਡੂ ਦੀ ਬੇਬੇ ਨੂੰ, ਬਰੇਟਿਆਂ ਨੂੰ ਜਾਂ ਫੜਾ ਭਾੜਾ ਤਾਂ ਦੇ ਦੇ, ਜੇ ਹੋ ਸਕਿਆ ਤਾਂ ਮੈਂ ਆਪ ਵੀ ਵਗ ਜੂੰਗਾ, ਦੇਖੀ ਤੈਨੂੰ ਲਿਆ ਕੇ ਦਿਖਾਉਣਾ, ਮੈਂ ਤਾਂ ਲਾ ਦੂ ਪੱਕਾ ਪੈਂਚਰ। ਚਲੋ ਆਜੋ ਸਾਲਿਓ, ਆਜੋ ਆਜੋ, ਹੁਣ ਤਾਂ ਸਾਰਿਆਂ ਦਾ ਵਿਆਹ ਹੋਜੂ ਦੇਖਿਓ। ਆ ਦੇਖੋ ਸਾਲਿਓ ਕੀ ਜਾਂਦਾ। ਲੈ ਬਈ ਤੁਸੀਂ ਤਾਂ ਜਮਾਂ ਖੁਸ਼ੀ ਦੇ ਮੌਕੇ ਤੇ ਆਇਓ, ਲੈ ਹੈ ਹੈ ਵੇ ਤੁਹਾਡੇ ਕੀ ਕਾਕਾ ਜੰਮਿਆ। ਉਹ ਦੇਖੀ ਤਾਂ ਸਹੀ ਰਕਾਨੇ, ਕਾਕਿਆਂ ਦੀ ਤਾਂ ਲੈਣ ਲਾ ਦੂੰ। ਤੂੰ ਦੇਖੀ ਤਾਂ ਸਹੀ, ਹਾੜੀ ਸੋਹਣੀ ਠੂ ਮੁੰਡਾ, ਗੱਲਾਂ ਨਹੀਂ ਹੁਣ ਤਾਂ ਦੰਦ ਜੁੜਨਗੇ ਦੰਦ। ਬਾਬੇ ਮਰਾਣੇ ਵਾਲਿਆਂ ਨੇ ਹਰੇਕ ਘਰ ਨੂੰ 100-100 ਰੁਪਇਆ ਪਾਤਾ, ਫੇਰ ਗੁਰਪੁਰਬ ਆ ਗਿਆ, ਫੇਰ ਸਤਿਗੁਰ ਦੀ ਬਰਸੀ, ਲੈ ਹਰੇਕ ਮੂੰਹ ਚੱਕੀ ਤੁਰਿਆ ਫਿਰਦਾ, ਕੁੱਤੀ ਦੇ 5 ਜਿੱਡਾ ਪਿੰਡ ਹੈ, ਜੜਾ ਖਣਾ ਪ੍ਰਧਾਨ ਬਣਿਆ ਫਿਰਦਾ। ਨੀ ਕਿਹੜੇ ਮੇਲੇ ਕਿਹੜੀਆਂ ਬਰਸੀਆਂ, ਇਹ ਤਾਂ ਆਪਦਾ ਢਿੱਡ ਭਰਦੇ ਨੇ ਕੰਜਰ। ਨੀ ਉਹ ਦਿਖਾਣਾ ਤਾਂ ਮੋਦੀ ਨੀ, ਵਾਹੋ ਜਿਹੜਾ ਡੇਰੇ ਦਾ ਖਜ਼ਾਨਚੀ ਹੈ, ਨੀ ਢਹਿ ਜਾਣਾ ਜਦੋਂ ਸੀਜ਼ਨ ਹੋਊ ਉਦੋਂ ਤਾਂ ਬਾਹਰ ਜਾ ਕੇ ਕੰਮ ਕਰੂ ਸ਼ਹਿਰ 'ਚ, ਨੀ ਪਲੇਗ ਪੈਣੇ ਦਾ ਵਿਹਲਾ ਹੋਜੂ, ਚੱਕੂ ਕਰਨੀ ਜਾਬੜੂ ਡੇਰੇ ਗੁਸਲਖਾਨੇ, ਕੰਧਾਂ ਟਾਟਾ ਕੀ ਬਣਾਈ ਜਾਊ, ਨੀ ਮੋਟੀ ਦਿਹਾੜੀ ਲੈਂਦਾ, ਆਪਣੇ ਆਪ ਨੂੰ ਕਹਾਉਂਦਾ ਸੇਵਾਦਾਰ। ਲੈ ਦੇਖ ਲੈ ਭੈਣੇ, ਅੱਗੇ ਗੁਰੂ ਘਰ ਡੇਰਿਆਂ ਚ ਸੇਵਾ ਕਰੀ ਬਿਨਾ ਲੰਗਰ ਨੀ ਦਿਖਾਂਦੇ ਲੋਕ, ਹੁਣ ਤਾਂ ਇਕੱਠੇ ਹੋ ਕੇ ਗੋਲਕਾਂ ਦੀਆਂ ਵੰਡੀਆਂ ਪਾਉਂਦੇ ਨੇ। ਨੀ ਰੁੜ ਜਾਣੇ ਆਪੇ ਪ੍ਰਧਾਨ, ਆਪੇ ਖਜ਼ਾਨਚੀ, ਕਿਹੜਾ ਕਿਸੇ ਨੇ ਹਿਸਾਬ ਲੈਣਾ,
ਪਰ ਇਹ ਜਿਆਂ ਦਾ ਭਰ ਕੇ ਬੇੜਾ ਡੁੱਬਦਾ ਕੰਜਰਾਂ ਦਾ। ਲਾਹੌਰ ਨੀ ਆਪਣੇ ਪਿੰਡ ਵਾਲਾ ਗ੍ਰੰਥੀ ਨੀ ਸੀ, ਆਹੋ ਉਹ ਚੌੜੇ ਜੇ ਨੱਕਲ ਆ, ਨੀ ਉਹ ਦਾਰੂ ਪੀਂਦਾ ਫੜ ਲਿਆ ਸੱਜੀ, ਹੋਰੇ ਲੋਕਾਂ ਨੂੰ ਫੈਂਟਤਾ, ਨੀ ਚੰਗਾ ਕਰਿਆ ਨਾਲੇ ਗੁਰਦੁਆਰੇ ਚੋਂ ਕੱਢਤਾ, ਨੀ ਚੰਗਾ ਕਰਿਆ ਵੀ। ਸਜਾ ਏ ਨਾਲੇ ਚੈੱਕ ਕਰਾਉਣੇ ਬੰਦ ਕਰਤੇ, ਨੀ ਕਾਹਨੂੰ ਕਰਤੇ ਬੰਦ, ਅੰਦਰ ਖਾਤੇ ਸਾਰਾ ਕੁਛ ਚੱਲਦਾ। ਆਹੋ ਤਾਂ ਹੈ, ਉਹ ਆਪਣੇ ਪਿੰਡ ਵਾਲਾ ਡਾਕਟਰ ਨੀ ਜਾਏ ਵੱਡਿਆਂ ਦਾ, ਹਾਂ ਉਹਦੀ ਸ਼ਹਿਰ ਚ ਸਿੱਧੀ ਗੱਲ ਬਾਤ ਹੈ, ਨਾਲ ਲੈ ਕੇ ਜਾਂਦਾ ਉਹ। ਹੋਰ ਨੀ ਸੁਖਦੇਵ ਦੀ ਬਹੂ ਨੀ ਮਿੰਦਰੋ, ਪਹਿਲਾਂ ਬੱਚਾ ਚੈੱਕ ਕਰਾ ਲਿਆ, ਲੈ ਬੋਲ, ਨੀ ਕੁੜੀ ਦੀ ਸਫਾਈ ਕਰਾਤੀ, 12-13 ਸਾਲ ਹੋ ਗਏ ਉਈ ਬੈਠੀ ਆ, ਹੁਣ ਕੋਈ ਨੁਕਸ ਪੈ ਗਿਆ। ਲੈ ਬੋਲ ਨੀ ਭੈਣੇ, ਜਿੰਨਾ ਵੀ ਕੋਈ ਜੀ ਆਉਂਦਾ ਹੈ ਜੱਗ ਤੇ ਆਪੋ ਆਪਣਾ ਭਾਗ ਲਿਖਾ ਕੇ ਲਿਆਉਂਦਾ, ਨਾ ਭਲਾ ਕਿਉਂ ਮਾਰਦੇ ਨੇ ਲੋਕ। ਲੈ ਗੁਰਵਿੰਦਰ ਦੀ ਬਹੂ ਕੰਨੀ ਦੇਖ ਲੈ ਕੁੜੇ, ਕੁੜੀ ਨੂੰ ਇਹ ਤਰਸਦੀ ਹੈ, 20 ਸਾਲ ਹੋ ਗਏ ਵਿਆਹੀ ਨੂੰ। ਓਹੋ ਨੀ ਆ ਦਾਜ ਦਾ ਭੈੜਾ ਕੋੜ ਬੰਦ ਹੋ ਜੇ ਸਭ ਠੀਕ ਹੋ ਜੂਗਾ। ਲੈ ਉਹ ਲੰਬੜਦਾਰਾਂ ਦਾ ਮੁੰਡਾ ਨੀ ਡੂਢ ਲੱਤਾ ਜਿਹਾ, ਕੌਣ ਹੀ ਰੱਜਦਾ ਉਹ ਤੋਂ, 4 ਕਿੱਲੇ ਵਾਹੀ ਦੇ ਨੇ, ਗੱਡੀ ਦਿੱਤੀ ਆ ਕੁੜੀ ਵਾਲਿਆਂ ਨੇ। ਲੈ ਬੋਲ ਭਾਈ, ਦੁਨੀਆ ਦਾ ਤਾਂ ਸਬਰ ਹਿੱਲਿਆ ਪਿਆ, ਚੱਲ ਗੋਹਾ ਘਟ ਗਿਆ, ਬਾਕੀ ਕੱਲ ਨੂੰ ਲਾ ਦਾਂਗੀਆਂ, ਆ ਸੁੱਕੇ ਜੇ ਗੋਹੇ ਭਰ ਲਾ ਬਣੇ ਟੋਕਰਾ। ਨੀ ਭਰ ਲਾ ਭਰ ਲਾ, ਨਾਲੇ ਆ ਜਾ ਕੁੜੇ ਰੋਟੀ ਖਾ ਕੇ ਜਾਈ, ਨਾਲੇ ਕੰਡੇ ਜੇ ਵਾਲੀ ਚਾਹ ਬਣਾ ਕੇ ਪੀਨੀ ਆ, ਜਿਉਂਦੀ ਰਹਿ ਭੈਣੇ, ਥੱਕ ਗਈਆਂ ਸਵੇਰ ਦੀਆਂ, ਜੈ ਖਾਣੇ ਦਾ ਕੰਮ ਨੀ ਮੁੱਕਦਾ ਹੈਗਾ, ਆ ਚੱਲੀਏ ਫਿਰ ਆ ਜਾ। ਉਹ ਪੱਟਤਾ ਪਟੋਲੇ ਦੀ ਬਲੌਰੀ ਅੱਖ ਨੇ, ਓਏ ਮੁੰਡਾ ਪੱਟਤਾ ਓ ਜਮਾ ਚੱਟਤਾ। ਓਏ ਕੀ ਗੱਲ, ਬੜਾ ਖੁਸ਼ ਹੋਇਆ ਹੋਣਾ, ਉਹ ਕੋਈ ਬਲੌਰੀ ਅੱਖ ਵਾਲੀ ਹੱਸ ਕੇ ਤਾਂ ਨੀ ਲੰਘ ਗਈ, ਉਹ ਦਿਲ ਤੇ ਨਾ ਲਾ ਲਈ ਕਿਤੇ, ਸਾਡਾ ਤਜਰਬਾ ਬੱਲਿਆ, ਇਹ ਤਾਂ ਛੜਿਆਂ ਦੇ ਕਾਲਜੇ ਫੂਕ ਫੂਕ ਕੇ ਸਵਾਦ ਲੈਂਦੀਆਂ। ਬਿੱਲੀਆਂ ਨੂੰ ਚੂਹਾਂ ਦੇ ਸੁਪਨੇ, ਉਹ ਕੱਲ ਨੂੰ ਲਾਟਰੀ ਨਿਕਲ ਰਹੀ ਹੈ ਆਪਾਂ ਨੂੰ ਪੂਰੇ 1.5 ਕਰੋੜ ਦੀ। 1.5 ਕਰੋੜ ਦੀ ਤੇਰੇ ਕੀ ਸਾਲੇ ਮੱਥੇ ਤੇ ਲਿਖਿਆ ਹੋਇਆ ਵੀ ਲਾਟਰੀ ਤੈਨੂੰ ਹੀ ਨਿਕਲੂ। ਬਿਲਕੁਲ, ਓਏ ਸੰਤ ਬਾਬਾ ਅਲਮ ਟਲਮ ਨੇ ਲੰਬਰ ਲਾਇਆ, 2000 ਲਿਆ, ਕਹਿੰਦਾ ਆ ਨੰਬਰ ਲਾ ਦੇ ਤੇਰੀ ਲਾਟਰੀ ਪੱਕੀ। ਓ ਜੈ ਜੈ ਬਾਬਾ ਅਲਮ ਟਲਮ, ਅਲਮ ਟਲਮ, ਅਲਮ ਟਲਮ, ਟਲਮ ਟਲਮ। ਯਾਰ ਬਾਬੇ ਦਾ ਤਾਂ ਨਾ ਬਚਨ ਪੂਰਾ ਹੁੰਦਾ, ਵੱਢ ਖਾਣਿਆਂ ਦੇ ਮੁਖਤਿਆਰੇ ਨੂੰ ਬਚਨ ਕੀਤਾ ਸੀ, ਧਰਮ ਨਾਲ ਕੂੰਜਰ ਕੀ ਰੰਨ ਮਿਲੀ ਆ ਉਹਨੂੰ ਨੇ ਕਿਹਾ। ਓਏ ਬਾਬਿਆ, ਜੇ 1.5 ਕਰੋੜ ਦੀ ਲਾਟਰੀ ਨਿਕਲ ਆਈਗੀ ਨਾ, ਫਿਰ ਤਾਂ 50-60 ਤੀਵੀਆਂ ਲਿਆ ਕੇ ਬਿਠਾ ਦੂੰ ਵਿਹੜੇ ਚ। ਉਹ ਦੇਖੀ ਤਾਂ ਸਹੀ, ਜਿਹੜੀਆਂ ਭਰਜਾਈਆਂ ਹੁਣ ਦੂਰਾ ਕੁੰਡ ਕੱਢ ਕੱਢ ਕੇ ਪਾਸਾ ਮਾਰ ਕੇ ਲੰਘਦੀਆਂ ਨੇ ਨਾ, ਫਿਰ ਦੇਖੀ ਨੰਗੇ ਮੂੰਹ ਹਾਲ ਚਾਲ ਪੁੱਛਿਆ ਕਰਨਗੇ, ਹਾਏ ਕੀ ਹਾਲ ਹੈ ਜੀ। ਮਗ ਸ਼ਰੀਕਾਂ ਦੇ ਦੰਦ ਜੁੜਨਗੇ, ਜਿਹੜੇ ਜਵਾਕ ਸਾਲੇ ਤਾਇਆ ਤਾਇਆ ਕਰਦੇ ਸੀ ਨਾ, ਫਿਰ ਦੇਖੀ 2 ਰੁਪਏ ਚਾਚਾ ਕਿਆ ਕਰਨਗੇ। ਉਹ ਮੈਂ ਤਾਂ ਕਹਿੰਦਾ ਕੱਲ ਕੀ ਨੇ ਦੇਖੀਆ, ਅੱਜ ਕਰ ਦੋ ਸਾਰੇ ਪਿੰਡ ਨੂੰ ਪਾਰਟੀ। ਚਲੋ ਹਾਂ, ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ ਵੀ 1 ਕਰੋੜ ਰੁਪਏ ਇਹਨਾਂ ਦੇ ਘਰੇ ਆ ਰਿਹਾ। ਓਏ ਨਾਲੇ ਗੱਲ ਸੁਣ ਮੇਰੀ, ਉਹ ਗੱਡੀ ਕਿਹੜੀ ਲਈਏ ਫਿਰ ਆਪਾਂ, ਨਾਲੇ ਸੁਣੋ ਭਰਾਵੋ, ਹਾਂ ਆਪਾਂ ਕੋਠੀ ਹੁਣ ਸ਼ਹਿਰ ਚ ਲਵਾਂਗੇ, ਉੱਥੇ ਠੀਕ ਰਹੂਗੀ। ਹਾਂ ਇੱਥੇ ਤਾਂ ਗਵਾਂਡ ਨਹੀਂ ਚੱਜਦਾ, ਗਵਾਂਡਣਾ ਵਧੀਆ ਰਹੇਗੀਆਂ। ਸਹੀ ਗੱਲ ਹੈ, ਲੈ ਕਰੋ ਜਾਓ ਦਾਰੂ ਦਾ ਇੱਕ ਡੱਬਾ ਲਿਆਓ, ਲੈ ਮੈਂ ਜਾਨਾ ਚੱਠਿਆਲੇ ਬਾਬੇ ਕੋਲੇ, ਤੇ ਪੜ ਪੜ ਕੇ ਧਰਤੀ ਗਿੱਧਾ ਪਾ ਦਿਆਂਗੇ। ਮੈਂ ਕਿਹਾ ਅੱਜ ਧਮਾਲਾ ਪੈਣ ਗਿਆ। ਬਿਲਕੁਲ, ਛੜਾ ਛੜਾ ਨਾ ਕਰਿਆ ਕਰੀ ਦੇਖ ਛੜੇ ਲੈ ਕਾਰੇ, ਪਹਿਲਾ ਛੜੇ ਨੇ ਦਿੱਲੀ ਲੁੱਟੀ, ਪਹਿਲਾ ਛੜੇ ਨੇ ਦਿੱਲੀ ਲੁੱਟੀ, ਫੇਰ ਗਿਆ ਪਟਿਆਲੇ ਜਲ ਤੇ ਫੁੱਲ ਤਰਦਾ। Thank you.
ਬਾਗੀ ਮੇਲਣ ਵਿੱਚ ਗਿੱਧੇ ਦੇ ਲੰਬੀ ਮਾਰ ਉਡਾਰੀ ਵੀ ਪਰੀਆਂ ਵਰਗਾ ਰੂਪ ਨਾਰ ਦਾ ਉਹ ਪਰੀਆਂ ਵਰਗਾ ਰੂਪ ਨਾਰ ਦਾ ਮਗਦੀ ਜੂ ਅੰਗਿਆਰੀ ਵੀ ਦੋਵੇਂ ਨੈਣ ਕਟਾਰਾਂ ਵਰਗੇ ਦੋਵੇਂ ਨੈਣ ਕਟਾਰਾਂ ਵਰਗੇ ਵਿੱਚ ਕਦਲੇ ਦੀ ਤਾਰੀ ਜੋ ਬੁਨ ਮੈਂ ਕਰਿਆ Thank you.
ਜ਼ਿੰਦਗੀ ਚ ਕਦੇ ਐਡਾ ਘਾਟਾ ਨਹੀਂ ਪਿਆ, ਪੂਰਾ 1.5 ਕਰੋੜ ਦਾ ਘਾਟਾ ਰਹਿੰਦਾ ਖੁੰਦਾ 10,000 ਉੱਤੋਂ ਲੱਗ ਗਿਆ, ਅਸੀਂ ਤਾਂ ਸਾਲੇ ਕਦੇ ਪਤੀ ਨਹੀਂ ਬਣੇ, 1.5 ਕਰੋੜ ਦੇ ਪਤੀ ਕਿੱਥੋਂ ਬਣ ਜਾਂਦੇ। ਸਹੀ ਗੱਲ, ਇੰਨੀ ਦਾਰੂ ਪੀਤੀ ਲੋਕਾਂ ਨੇ, ਮੰਜਾ ਦੇ ਪਾ ਪਾ ਕੇ ਮੇਰੇ ਸਾਲਿਆਂ ਨੂੰ ਘਰੋ ਘਰੀ ਛੱਡ ਕੇ ਆਇਆ। ਜੇ ਮੇਰਾ ਸਾਲਾ ਹੋ ਜਿਹੜਾ ਤੇਰੇ ਵਾਲਾ ਸਾਹ ਦਾ ਟੱਲ ਮਟਾਲਾ ਨਾ ਮਿਲ ਜੇ, ਮੈਂ ਲੈ ਲਾ ਭੈਣ ਨਾ ਪੇ। ਚੁੱਪ ਕਰ ਮੇਰੀ ਗੱਲ ਸੁਣ, ਹੁਣ ਇੱਥੇ ਬੈਠਾ ਭਕਾਈ ਮਰੀ ਜਾਂਦਾ, ਜੇ ਸਾਲਿਆ ਸਾਧ ਨੂੰ 4 ਪੈਸੇ ਹੋਰ ਦੇ ਦਿੰਦਾ, ਸਾਧ ਤਾਂ ਪੂਰਾ ਜ਼ੋਰ ਲਾ ਦਿੰਦਾ ਆਪਦਾ। ਦਿੱਤੇ ਸੀ ਹੋਰ ਕੁੰਡਾ ਕਰਾ ਦੇ, ਭਰਜਾਈਆਂ ਨੇ ਨਾ, ਮੈਂ ਭਰਜਾਈਆਂ ਨੂੰ ਕਿਵੇਂ ਮੂੰਹ ਦਿਖਾਊਂਗਾ। ਓ ਬੈਜਾ ਬੈਜਾ, ਅੱਗੇ ਤਾਂ ਤੇਰਾ ਰੋਜ਼ ਬਥਾੜੇ ਦਾ ਦਰਸ਼ਨ ਪਾਉਂਦੀਆਂ ਉਹ, ਆਪਾਂ ਤਾਂ ਭਰਾਵੋ ਅੱਜ ਬਾਹਰ ਹੀ ਨਹੀਂ ਨਿਕਲਦੇ। ਅਰੇ ਇੱਥੇ ਦੀ ਬਹੂ ਨੀ, ਅੱਜ ਉੱਚੀ ਉੱਚੀ ਕਰਦੀ ਸੀ, ਨੀ ਆਇਆ ਨੀ ਚੱਕ, ਮੇਰਾ ਕਾਲਜਾ ਫੂਕ ਦਿੱਤੀ। ਮੈਨੂੰ ਤਾਂ ਸਾਲਾ ਐਂ ਲੱਗਿਆ ਪਿਆ ਸੀ ਵੀ ਹੁਣ ਤਾਂ ਵਿਆਹ ਪੱਕਾ। ਉਹ ਚੱਲ ਛੱਡੋ ਯਾਰ ਪਰਾਂ, ਮੈਂ ਤੁਹਾਡੇ ਨਾਲ ਹੋਰ ਰਹਿ ਕਰਾਂ, ਆਪਾਂ ਐਤਕੀ ਸਰਪੰਚੀ ਨਾਲ ਖੜੇ ਹੋ ਜਾਈਏ। ਰਹਿਣ ਦੇ, ਬਣਿਆ ਸਰਪੰਚੀ ਦਾ ਕਿਸੇ ਨੇ ਸੱਚ ਕਿਹਾ ਹੈਗਾ, ਕਹਿੰਦੇ ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਨਾ ਤਾਂ ਸਰਪੰਚੀ 'ਚ ਖੜਾ ਕਰ ਦੋ। ਮੇਰਾ ਮਤਲਬ ਪਤਾ ਕੀ ਆ, ਜੇ ਆਪਾਂ ਸਰਪੰਚ ਬਣ ਗਏ ਫਿਰ ਵਿਆਹ ਤਾਂ ਸਾਲਿਓ ਹੋ ਜੂ। ਯਾਰ ਟੋਬੇ ਫੂਕਾਂ ਦਾ ਬਣਸਾ ਖੜਾ ਹੋ ਰਿਹਾ, ਉਹਨੂੰ ਵੋਟ ਕਿਹਨੇ ਪਾਉਣੀ ਹੈ? ਲੋਕ ਤਾਂ ਭੈਣ ਦੇ ਪਤੀਲੇ ਉਈ ਲੱਗਦੇ ਨੇ ਯਾਰ। ਉਹ ਲੋਕਾਂ ਦਾ ਕੀ ਹੈ, ਭੌਂਕੀ ਜਾਂਦੇ ਹੈ, ਉਹ ਪੁੱਕੀ ਖਵਾਓ ਦਾਰੂ ਪਿਆਓ ਤੇ ਵੋਟ ਪੱਕੀ। ਲੋਕ ਭੈਣ ਦੇ ਪਟਵਾਰੀ ਨੇ, ਕਿਉਂ ਖਾਂਦੇ ਹੋਰ ਪਾਸੇ ਨੇ, ਵੋਟਾਂ ਮੇਰੇ ਸਾਲੇ ਹੋਰ ਨੂੰ ਪਾਉਂਦੇ ਨੇ। ਇਹ ਵੀ ਠੀਕ ਆ। ਦੇਖੋ ਮੇਰੀ ਸੁਣੋ ਗੱਲ, ਪੰਚਾਇਤ ਨੂੰ ਦੇਖੋ ਕਿੰਨੀਆਂ ਗ੍ਰਾਂਟਾਂ ਆਉਂਦੀਆਂ ਨੇ। ਇਹ ਸਾਲਿਓ ਆਪਾਂ ਸਰਪੰਚ ਬਣ ਗਏ ਫਿਰ ਗਲੀਆਂ ਖਾਵਾਂਗੇ, ਨਲੀਆਂ ਖਾਵਾਂਗੇ, ਟੱਟੀਆਂ ਖਾਵਾਂਗੇ। ਸਹੀ ਗੱਲ ਹੈ ਯਾਰ, ਪਿਛਲੀ ਪੰਚਾਇਤ ਝੋਟਾ ਵਿੱਚ ਕੇ ਖਾ ਗਈ ਸੀ। ਉਹ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ, ਤੜਕੇ ਭਰਦਿਆਂ ਫਿਰ ਕਾਗਜ਼ ਹੈ, ਨਾਲੇ ਆਪਣਾ ਹੋ ਜਾਊਗਾ ਵਿਆਹ ਤੇ ਨਾਲੇ ਗੱਲਾਂ ਵੱਲੋਂ ਹਟ ਜਾਣਗੀਆਂ। ਠੀਕ ਹੈ ਯਾਰ।